ਸਵੈਕਮ ਵੈਲਕਮ ਬੈਕ ਇਨ आवर ਪ੍ਰੋਗਰਾਮ ਹਾਂ ਡਾਕਟਰ ਸਾਹਿਬ ਸਾਡੀ ਅਗਲੀ ਈਮੇਲ ਵੈਨਕੂਵਰ ਕਨੇਡਾ ਤੋਂ ਪੈਨ ਗੁਲਜ਼ਾਰ ਕੋਰਸ ਹੋਤਾ ਜੀ ਦੀ ਇਹਨਾਂ ਨੂੰ ਪ੍ਰੋਗਰਾਮ ਸੱਚੋ ਸੱਚ ਬਹੁਤ ਚੰਗਾ ਲੱਗਦਾ ਹੈ ਖਾਸ ਕਰਕੇ ਹਿਸਟਰੀ ਸੈਕਸ਼ਨ ਅਤੇ ਰੋਹਾਨੀ ਵਿਚਾਰ ਇਹਨਾਂ ਨੂੰ ਮਹਾਰਾਣੀ ਜਿੰਦਾਦੀ ਮਹਾਦਰੀ ਬਾਰੇ ਸੁਣ ਕੇ ਬੜਾ ਮਾਣ ਮਹਿਸੂਸ ਹੋਇਆ ਇਹਨਾਂ ਦਾ ਸੁਝਾਅ ਹੈ ਕਿ ਆਪਣੇ ਪ੍ਰੋਗਰਾਮ ਵਿੱਚ ਇੱਕ ਐਸਾ ਸੈਕਸ਼ਨ ਸ਼ੁਰੂ ਕਰੋ ਜਿਸ ਵਿੱਚ ਸਿੱਖ ਇਤਿਹਾਸ ਵਿੱਚ ਲਿਆ ਬੀਬੀਆਂ ਦੇ ਯੋਗਦਾਨ ਨੂੰ ਵੇਰਵੇ ਨਾਲ ਦਰਸਾਇਆ ਜਾਵੇ ਇਹਨਾਂ ਨੇ ਟੀਵੀ 84 ਨੂੰ ਸ਼ੁਭਕਾਮਨਾਵਾਂ ਵੀ ਦਿੱਤੀਆਂ ਹਨ ਜੀ ਡਾਕਟਰ ਸਾਹਿਬ ਪੈਂਜੀ ਗੁਲਜ਼ਾਰ ਕੌਰ ਸਹੋਤਾ ਜੀ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਨੇ ਸਾਨੂੰ ਵਨਕੂਵਰ ਤੋਂ ਲਿਖਿਆ ਜੀ ਉਹਨਾਂ ਨੂੰ ਮਹਾਰਾਣੀ ਜਿੰਦਾ ਬਾਰੇ ਸਾਡੇ ਵੱਲੋਂ ਦਿੱਤੇ ਗਏ ਵੇਰਵੇ ਪਸੰਦ ਆਏ ਇਸ ਲਈ ਵੀ ਉਹਨਾਂ ਦਾ ਧੰਨਵਾਦ ਜੀ ਇਹਨਾਂ ਦਾ ਸੁਝਾਅ ਕਾਫੀ ਚੰਗਾ ਲੱਗਾ ਜੀ ਜੀ ਕਿ ਅਸੀਂ ਜਿਹੜਾ ਕਿਉਂਕਿ ਇੱਕ ਸਚਾਈ ਹੈ ਵੀ ਅਸੀਂ ਇੱਕ ਮਰਦ ਪ੍ਰਧਾਨ ਸੁਸਾਇਟੀ ਹੈ ਸਾਡੀਆਂ ਲਿਖਤਾਂ ਵੀ ਸਾਡੇ ਆਪਣੇ ਇਤਿਹਾਸ ਵੀ ਹਾਲਾਂਕਿ ਅਸੀਂ ਧਾਰਮਿਕ ਕੀ ਤੱਕ ਤਾਂ ਬੜੇ ਮਾਣ ਨਾਲ ਕਹਿੰਦੇ ਆਂ ਵੀ ਗੁਰੂ ਸਾਹਿਬਾਨ ਨੇ ਬਰਾਬਰ ਦੇ ਹੱਕ ਦਿੱਤੇ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾ ਦੂਜਾ ਜੀ ਜੀ ਲੇਕਿਨ ਜੇ ਅਸੀਂ ਇਤਿਹਾਸਕ ਵੇਰਵੇ ਵੀ ਦੇਖਦੇ ਆਂ ਤੇ ਬਹੁਤ ਵਾਰ ਬੀਬੀਆਂ ਦਾ ਜਿਹੜਾ ਯੋਗਦਾਨ ਹੈ ਇਤਿਹਾਸ ਦੇ ਵਿੱਚ ਸਿੱਖ ਇਤਿਹਾਸ ਕਿਤੇ ਇਹ ਤਾਂ ਬਿਲਕੁਲੀ ਮਾਇਨਸ ਹੈ ਜੀ ਜੀ ਮੈਂ ਸਾਰ ਜਸਾਸਗਾਲੂ ਵਾਲੀਆ ਦੇ ਮਾਤਾ ਜੀ ਬਾਰੇ ਇਹ ਮਿਲਦਾ ਪੰਥ ਪ੍ਰਕਾਸ਼ ਵੀ ਲਿਖਿਆ ਹੈ ਕਿ ਵੀ ਉਹ ਦੋ ਤਾਰੇ ਨਾਲ ਕੀਰਤਨ ਕਰਦੇ ਸੀ ਆਪਣਾ ਬੱਚਾ ਵੀ ਉਹਨਾਂ ਦਾ ਨਾਲ ਕੀਰਤਨ ਕਰਦਾ ਸੀ ਜੀ ਔਰ ਉਹ ਇਨਾ ਕਿ ਉਹਨਾਂ ਦਾ ਕੀਰਤਨ ਪਸੰਦ ਕੀਤਾ ਜਾਂਦਾ ਸੀ ਕਿ ਖਾਲਸੇ ਦੇ ਜਿੱਥੇ ਇਕੱਠ ਹੁੰਦੇ ਸੀ ਦੂਰੋਂ ਦੂਰੋਂ ਉਹਨਾਂ ਨੂੰ ਈਵਨ ਅੰਮ੍ਰਿਤਸਰ ਸਰਬਤ ਖਾਲਸਾ ਚ ਵੀ ਉਹਨਾਂ ਨੂੰ ਸੱਦਿਆ ਜਾਂਦਾ ਸੀ ਕੀਰਤਨ ਦੀ ਚੌਂਕੀ ਤੇ ਲਈ ਜੀ ਲੇਕਿਨ ਮੈਂ ਸਾਰੇ ਰੈਲੇਵੈਂਟ ਪੀਰੀਅਡ ਦੇਖੇ ਉਸਮਾਨ ਦਾ ਨਾਂ ਨਹੀਂ ਕਿਤੇ ਲਿਖਿਆ ਹੋਇਆ ਇਹ ਲਿਖਿਆ ਹੋਇਆ ਵੀ ਮਾਤਾ ਲੇਕਿਨ ਨਹੀਂ ਹੈ ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੀਆਂ ਸਾਡੀਆਂ ਬਹਾਦਰ ਸਿੰਘਣੀਆਂ ਨੇ ਜੀ 18ਵੀਂ 19ਵੀਂ ਸਦੀ ਦੀਆਂ ਕੁਛ ਤੇ ਨਾਂ ਹੁਣ ਸਾਹਮਣੇ ਆਏ ਨੇ ਚਲੋ ਮਾਤਾ ਭਾਗੋ ਜਾਂ ਮਾਈ ਭਾਗੋ ਜਿਵੇਂ ਅਸੀਂ ਯਾਦ ਕਰਦੇ ਆਂ ਰਾਣੀ ਸਦਾ ਕੌਰ ਜਾਂ ਵੀ ਰਾਣੀ ਸਾਹਿਬ ਕੌਰ ਪਟਿਆਲਾ ਇਹ ਸਾਰੇ ਨੋਨ ਕੈਰੈਕਟਰ ਨੇ ਜਾਂ ਹੁਣ ਮਹਾਰਾਣੀ ਜਿੰਦਾ ਦਾ ਜ਼ਿਕਰ ਸਾਹਮਣੇ ਆਇਆ ਜੀ ਪਰ ਮੇਰਾ ਖਿਆਲ ਹੈ ਵੀ ਅਸੀਂ ਇਸ ਦੇ ਉੱਤੇ ਜ਼ਰੂਰ ਗੌਰ ਕਰਾਂਗੇ ਕਿ ਵੀ ਇਤਿਹਾਸਕ ਤੌਰ ਤੇ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਸ਼ੁਰੂ ਕਰਕੇ ਬੀਬੀਆਂ ਨਾਲ ਸੰਬੰਧਤ ਜਿਹੜਾ ਵੀਰ ਵੈ ਉਸ ਨੂੰ ਜਿਹੜਾ ਡਿਸਕਸ ਕਰਿਆ ਕਰੀ ਜੀ ਬਹੁਤ-ਬਹੁਤ ਪੈਣ ਜੀ ਦਾ ਧੰਨਵਾਦ ਜੀ ਡਾਕਟਰ ਸਾਹਿਬ ਸਾਡੇ ਕੋਲ ਕੁਝ ਮੈਸੇਜ ਆਏ ਹਨ ਪੰਜਾਬ ਸਟ੍ਰੈਕਟਰ ਵੈੱਬਸਾਈਟ ਤੋਂ ਪਹਿਲਾ ਮੈਸੇਜ ਗੁਲਵਿੰਗ ਲਿਖਦੇ ਹਨ ਵੀਰ ਜੀ ਮੈਂ ਤੁਹਾਡੀ ਤਾਰੀਫ ਕਰਨ ਚ ਸਮਾਂ ਬਰਬਾਦ ਨਹੀਂ ਕਰੂੰਗਾ ਕਿਉਂਕਿ ਤੁਸੀਂ ਕਿਸੇ ਤਾਰੀਫ ਦੇ ਮਹਤਾਜ ਨਹੀਂ ਹੋ ਸਿਰਫ ਛੋਟਾ ਜਿਹਾ ਸਵਾਲ ਹੈ ਕਿ ਬਾਦਲ ਨੂੰ ਲੋਕ ਕਿੰਨੀ ਦੇਰ ਹੋਰ ਚੱਲਣਗੇ ਇਸ ਦਾ ਬਦਲ ਕੀ ਹੋ ਸਕਦਾ ਹੈ ਸਰਪਾਤ ਖਾਲਸੇ ਦੀ ਅਕਾਲ ਤਖਤ ਤੇ ਸਰਪਰਸਤੀ ਕਿਵੇਂ ਅਤੇ ਕਦੋਂ ਹੋ ਸਕਦੀ ਹੈ ਜਿੰਨੀ دیر ਆਜ਼ਾਦ ਖਾਲਸਾਣ ਹੋਂਦ ਵਿੱਚ ਨਹੀਂ ਆਂਦਾ ਅਕਾਲ ਤਖਤ ਨੂੰ ਆਰਐਸਐਸ ਤੋਂ ਕਿਵੇਂ ਸੁਰੱਖਿਅਤ ਕਰਵਾਇਆ ਜਾਵੇ ਜੀ ਡਾਕਟਰ ਸਾਹਿਬ ਅ ਸਭ ਤੋਂ ਪਹਿਲਾਂ ਦੱਸੀ ਪੰਜਾਬ ਸਪੈਕਟਰਮ ਦਾ ਬਹੁਤ ਧੰਨਵਾਦ ਕਰਦੇ ਹਾਂ ਜੀ ਉਹ ਲਗਾਤਾਰਤਾ ਨਾਲ ਸਾਡੀਆਂ ਆ ਜਿਹੜੀਆਂ ਇਸ ਪ੍ਰੋਗਰਾਮ ਦੀਆਂ ਵੀਡੀਓਜ਼ ਅਪਲੋਡ ਹੁੰਦੀਆਂ ਨੇ ਉਸ ਨੂੰ ਆਪਣੇ ਵੈੱਬਸਾਈਟ ਤੇ ਜਿਹੜਾ ਕਿ ਮੋਸਟ ਪੌਪੂਲਰ ਵੈੱਬਸਾਈਟ ਹੈ ਇਸ ਵੇਲੇ ਪੰਜਾਬੀ ਔਰ ਸਿੱਖ ਜਗਤ ਦੇ ਵਿੱਚ ਜੀ ਉਸ ਤਰ੍ਹਾਂ ਦੇ ਸ਼ਖਸਾਂ ਦੰਦ ਨੇ ਵੀ ਚਾ ਲੋ ਯਕੀਨੀ ਬਣਾਉਂਦੇ ਨੇ ਕਿ ਮੈਸੇਜ ਜਿਹੜਾ ਹੈ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ ਜੀ ਗੁਲਵਿੰਗ ਜਿਹੜੇ ਕਿ ਅਕਸਰ ਕੋਈ ਨਾ ਕੋਈ ਕਮੈਂਟ ਕਰਦੇ ਨੇ ਔਰ ਹਮੇਸ਼ਾ ਹੀ ਬੜਾ ਥਾਟ ਪ੍ਰੋਵੋਕਿੰਗ ਹੁੰਦਾ ਹੈ ਵਿਚਾਰਾਂ ਨੂੰ ਪ੍ਰੇਰਤਾਂਦੇ ਨੇ ਜੀ ਸੋ ਉਹਨਾਂ ਨੇ ਬਾਦਲ ਦਾ ਬਦਲ ਕਿ ਸਰਬੱਤ ਖਾਲਸਾ ਦੀ ਬਾਲਾ ਦਸਤੀ ਕਿ ਕਿਵੇਂ ਸਰਬੱਤ ਖਾਲਸਾ ਸਾਡਾ ਆਏ ਔਰ ਆਰਐਸਐਸ ਨੂੰ ਜਾਂ ਦੂਸਰਿਆਂ ਨੂੰ ਕਿਵੇਂ ਅਸੀਂ ਥਾਂ ਸੇ ਰੱਖ ਸਕਦੇ ਜੀ ਦੇਖੋ ਗੱਲ ਇਹ ਹੈ ਵੀ ਲੀਡਰ ਪਿਛਲੇ 60 ਸਾਲ ਚ ਸਿੱਖਾਂ ਨੇ ਨਹੀਂ ਬਣਾਏ ਹਕੂਮਤ ਬਣਾਉਂਦੀ ਹੈ ਜੀ ਸਿੱਖਾਂ ਨੇ ਜੇ ਕੋਈ ਇਮਾਨਦਾਰ ਇੰਟੈਲੈਕਚੁਅਲ ਪੈਦਾ ਕੀਤਾ ਸਰਦਾਰ ਕਪੂਰ ਸਿੰਘ ਵਰਗਾ ਜੀ ਜਾਂ ਕੋਈ ਸੱਚਮੁੱਚ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਕਥਨੀ ਤੇ ਕਰਨੀ ਦਾ ਸੂਰਾ ਸੰਜਨੈਲ ਸਿੰਘ ਖਾਲਸਾ ਪਿੰਡਾ ਵਾਲੇ ਵਰਗਾ ਸੰਤ ਸਪਾਈ ਯੋਧਾ ਦਿਨ ਇਹ ਕਾਲਪੁਰਖ ਨੇ ਬਖਸ਼ਿਆ ਪੰਥ ਨੂੰ ਤੇ ਉਸ ਨੂੰ ਕਿਵੇਂ ਆਪਣਿਆਂ ਨੇ ਵੀ ਰੋਲਿਆ ਮੁਰਾਦ ਅਕਾਲੀਆਂ ਤੋਂ ਹੈ ਤੇ ਸਰਕਾਰ ਨੇ ਫਾਈਨਲ ਆਨ ਸਲੋਟ ਕਰਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਜੀ ਸੋ ਸਰਬੱਤ ਖਾਲਸਾ ਉਹਨਾਂ ਹਾਲਾਤਾਂ 'ਚ ਉਰ ਇਹੀ ਸਵਾਲ ਕੀ ਵਾਰ ਸਰ ਕਪੂਰ ਸਿੰਘ ਉਹਨਾਂ ਨੂੰ ਪੁੱਛਿਆ ਜਾਂਦਾ ਸੀ ਕਿ ਜਿਹੜਾ ਅਕਾਲ ਤਖਤ ਸਾਹਿਬ ਦਾ ਰਤਵ ਹੈ ਇਹਨੂੰ ਕਿਵੇਂ ਬਹਾਲ ਕੀਤਾ ਜਾਏ ਜੀ ਔਰ ਕਿਵੇਂ ਅਕਾਲ ਤਖਤ ਸਾਹਿਬ ਸਾਡਾ ਸੱਚਮੁੱਚ ਆਜ਼ਾਦਾਨਾ ਸਰਬੱਤ ਖਾਲਸਾ ਦੇ ਇਕੱਠ ਵਾਲਾ ਥਾਂ ਬਣੇ ਜਿੱਥੇ ਫੈਸਲੇ ਬਿਨਾਂ ਕਿਸੇ ਭੈ ਤੋਂ ਬਿਨਾਂ ਕਿਸੇ ਪ੍ਰਭਾਵ ਤੋਂ ਬਿਨਾਂ ਕਿਸੇ ਪੋਲਿਟਿਕਲ ਇੰਟਰਫੀਰੈਂਸ ਤੋਂ ਲਏ ਜਾ ਸਕਣ ਤੇ ਉਹਨਾਂ ਦਾ ਸਪਸ਼ਟਤਾ ਨਾਲ ਜਵਾਬ ਸੀ ਕਿ ਆਜ਼ਾਦ ਸਿੱਖ ਸਟੇਟ ਤੋਂ ਬਿਨਾਂ ਆਜ਼ਾਦ ਅਕਾਲ ਤਖਤ ਸੰਭਵ ਨਹੀਂ ਜੀ ਜੀ ਔਰ ਅਕਾਲ ਤਖਤ ਦੀ ਸੋਵਰਨਿਟੀ ਉਦੋਂ ਹੀ ਬਹਾਲ ਹੋਏਗੀ ਜਦੋਂ ਕਿ ਸਿੱਖ ਇਸ ਸਥਿਤੀ 'ਚ ਹੋਣਗੇ ਕਿ ਉਹ ਆਜ਼ਾਦਾਨਾ ਤੌਰ ਦੇ ਉੱਤੇ ਫੈਸਲੇ ਲੈ ਸਕਣ ਜੀ ਹੁਣ ਤਖਤ ਸ੍ਰੀ ਕੇਸਕਰ ਸਾਹਿਬ ਦੇ ਜਥੇਦਾਰ ਪਿੱਛੇ ਚੜਾਈ ਕਰ ਗਏ ਨੇ ਕੈਨੀ ਤਰਲੋਚਨ ਸਿੰਘ ਦੌੜ ਲੱਗੀ ਹੋਈ ਹੈ ਕਿ ਕਿਹਨੇ ਜਥੇਦਾਰ ਬਣਨਾ ਹੈ 12 15 ਨਾਂ ਆ ਰਹੇ ਨੇ ਜੀ ਔਰ ਮੱਕੜ ਨੇ ਸਪਸ਼ਟ ਕੀਤਾ ਜੀ ਕਿ ਅਕਾਲੀ ਦਲ ਦੀ ਅੰਤਰੰਗ ਕਮੇਟੀ ਜਿਹੜੀ ਹੈ ਉਹ ਫੈਸਲਾ ਕਰੇਗੀ ਕਿ ਨੂੰ ਬਣਾਣਾ ਹੈ ਜੀ ਹੁਣ ਉਹ ਦੇਖਣਗੇ ਵੀ ਸਭ ਤੋਂ ਵੱਡਾ ਲਾਇਲ ਕਿ ਔਰ ਜਿਹੜੀ ਉਹ ਕੁਆਲੀਫਿਕੇਸ਼ਨਲ ਦੇਖ ਰਹੇ ਨੇ ਉਹਦੇ ਚ ਇਹ ਵੀ ਕਿਹੜਾ ਬਾਦਲ ਪਰਿਵਾਰ ਦੇ ਸਭ ਤੋਂ ਨੇੜੇ ਕਿਉਂਕਿ ਜਿਹੜੇ ਚੜ੍ਹਾਈ ਕਰ ਗਏ ਬਾਦਲ ਪਰਵਾਰ ਦੇ ਬਹੁਤ ਫੇਵਰਿਟਸ ਸੀ ਬੜੇ ਡੇਢੇ ਸੀ ਜੀ ਹੁਣ ਜਦੋਂ ਫੈਸਲੇ ਔਰ ਇਹਨਾਂ ਨੂੰ ਬੈਕ ਕੌਣ ਕਰਦਾ ਹੈ ਹੁਣ ਤੁਸੀਂ ਇਹ ਰਾਹੁਲ ਗਾਂਧੀ ਦੀ ਸਟੇਟਮੈਂਟ ਜਿਹਦਾ ਅਸੀਂ ਜ਼ਿਕਰ ਕੀਤਾ ਸੀ ਉਹਨੇ ਅਕਾਲੀ ਦਲ ਦੀ ਤਾਰੀਫ ਕੀਤੀ ਹੈ ਜੀ ਕਿ ਅਕਾਲੀ ਦਲ ਜਿਹੜਾ ਹੈ ਉਹਨਾਂ ਨੇ ਪੰਜਾਬ ਦੇ ਵਿੱਚ ਜਿਹੜਾ ਮਾਡਲ ਸਿਰਜਿਆ ਅਸੀਂ ਬਾਕੀ ਭਾਰਤ ਵਿੱਚ ਵੀ ਸਿਰਜਣਾ ਚਾਹੁੰਦੇ ਹਾਂ ਜੀ ਕਿ ਉਹਨਾਂ ਨੇ ਗੁੰਮਰਾਹ ਨੌਜਵਾਨਾਂ ਨੂੰ ਮੁਖਤਾਰਾ ਦੇ ਵਿੱਚ ਲਿਆ ਆਂਦਾ ਹੁਣ ਗੁੰਮਰਾਹ ਦਾ ਮਤਲਬ ਆਜ਼ਾਦੀ ਦੀ ਗੱਲ ਕਰਨ ਵਾਲੇ ਨੇ ਜਿਹੜੇ ਖਾਲਸਾਣ ਦੇ ਹਾਮੀ ਨੇ ਤੇ ਮੁਖਤਾਰਾ ਦਾ ਮਤਲਬ ਇਹ ਹਿੰਦੁਸਤਾਨੀ ਗਟਰ ਹੈ ਜੀ ਜਿਹਦੇ ਚ ਉਹਨਾਂ ਨੇ ਲਿਆ ਕੇ ਉਸ ਗਟਰ ਦੇ ਵਿੱਚ ਆਪ ਤਾਂ ਡਿਗੇ ਹੋਏ ਨੇ ਗੰਧ ਖਾਂਦੇ ਨੇ ਔਰ ਉਸ ਗੰਧ ਦੇ ਵਿੱਚ ਰਹਿਣਾ ਸਿੱਖੇ ਹੋਏ ਨੇ ਗੁਲਾਮੀ ਦੇ ਜੀ ਜੀ ਔਰ ਬਾਕੀਆਂ ਨੂੰ ਵੀ ਉਹਨਾਂ ਨੇ ਉਹਦੇ ਚ ਲਿਆ ਕੇ ਸੁੱਟ ਦਿੱਤਾ ਸੋ ਹੁਣ ਇਹ ਲੀਡਰਸ਼ਿਪ ਜਿਹੜੀ ਕਾਬਜ਼ ਲੀਡਰਸ਼ਿਪ ਹੈ ਜਿਨ੍ਹਾਂ ਨੂੰ ਏਜੰਸੀਆਂ ਬੈਕ ਕਰਦੀਆਂ ਜਿਹੜਾ ਸਾਰਾ ਸਿਸਟਮ ਜਿਨ੍ਹਾਂ ਨੂੰ ਬੈਕ ਕਰਦਾ ਹੈ ਇਹਨਾਂ ਨੂੰ ਤੁਸੀਂ ਕਿਵੇਂ ਜਾਣ ਛੜਾਓਗੇ ਕਿਵੇਂ ਤੁਸੀਂ ਅਕਾਲ ਤਖਤ ਦੇ ਉੱਤੇ ਇੰਡੀਪੈਂਡੈਂਟ ਕੋਈ ਫੈਸਲਾ ਲੈ ਸਕੋਗੇ ਜੀ ਔਰ ਇਹਨਾਂ ਨੇ ਤਾਂ ਜਿਹੜੀ ਮਾੜੀ ਮੋਟੀ ਪਰੰਪਰਾ ਸੀ ਅਕਾਲ ਤਖਤ ਜਾਂ ਤਖਤ ਜਿਹੜੇ ਨੇ ਇਹ ਸਾਡੀ ਪੋਲੀਟੀਕਲ ਪਾਵਰ ਦੇ ਸੈਂਟਰ ਨੇ ਇਹਨਾਂ ਦੇ ਵਿੱਚ ਜਿਹੜੀਆਂ ਪੰਥ ਦੀਆਂ ਨਾਮਿਨੇਸ਼ਨ ਜਾਂ ਨਿਯੁਕਤੀਆਂ ਸੀ ਉਹ ਸਿਆਸੀ ਲੋਕਾਂ ਦੀਆਂ ਸੀ ਜਿਹੜੇ ਸਿੱਖ ਪੰਥ ਦੀ ਸਿਆਸਤ ਨਾਟ ਘਟੀਆਂ ਸਿਆਸਤ ਜੀ ਇਹ ਤਾਂ ਨਹੀਂ ਹੋਇਆ ਵੀ ਗ੍ਰੰਥੀ ਨੂੰ ਪਹਿਲਾਂ ਹੈਡ ਗ੍ਰੰਥੀ ਪਹਿਲਾਂ ਅਰਦਾਸੀ ਆ ਉਹਨੂੰ ਗ੍ਰੰਥੀ ਪ੍ਰਮੋਟ ਕਰ ਦਿਓ ਗ੍ਰੰਥੀ ਨੂੰ ਹੈਡ ਗ੍ਰੰਥੀ ਕਰ ਦਿਓ ਹੈਡ ਗ੍ਰੰਥੀ ਨੂੰ ਜਥੇਦਾਰ ਬਣਾ ਦੇ ਹੁਣ ਇਹ ਇਹਨਾਂ ਨੇ ਪੈਟਰਨ ਸ਼ੁਰੂ ਕਰ ਲਿਆ ਗਿਆਨੀ ਕਿਰਪਾਲ ਸਿੰਘ ਦੇ ਵੇਲੇ ਤੋਂ ਯਾਨੀ ਕਿਰਪਾਲ ਸਿੰਘ ਹੈਡ ਗ੍ਰੰਥੀ ਸੀ ਇਨਚਾਰਜ ਦੇ ਦਿੱਤਾ ਐਡੀਸ਼ਨਲ ਉਸ ਤੋਂ ਪਹਿਲਾਂ ਜਥੇਦਾਰ ਗੁਰਦੇਵ ਸਿੰਘ ਜਨੋਹਾ ਪੋਲਿਟੀਕਲ ਪਰਸਨੈਲਿਟੀ ਸੀ ਜੀ ਜਥੇਦਾਰ ਸਾਧੂ ਸਿੰਘ ਪੋਹਰਾ ਪੋਲਿਟੀਕਲ ਪਰਸਨੈਲਿਟੀ ਸੀ ਜਥੇਦਾਰ ਉਦਮ ਸਿੰਘ ਨਾਗੋਕੇ ਵੀ ਜਥੇਦਾਰ ਰਿਹਾ ਗਿਆਨੀ ਗੁਰਮੋਹ ਸਿੰਘ ਮਸਾਵਰ ਵੀ ਜਥੇਦਾਰ ਹੈ ਸੋਹਣ ਸਿੰਘ ਪਖਨਾਵੀ ਰਿਹਾ ਜੀ ਸੋ ਮਤਲਬ ਤਾਂ ਇਹ ਹੈ ਵੀ ਸਿਆਸੀ ਫੈਸਲੇ ਤਾਂ ਸਿਆਸਤ ਦਾ ਉਸ ਨੂੰ ਜਿਹੜਾ ਪੋਲੀਟਿਕਲੀ ਸੂਝ-ਬੂਝ ਰੱਖਦਾ ਉਹੀ ਕਰ ਸਕਦਾ ਹੁਣੇ ਜਿਹੜੇ ਗਰੰਥੀ ਲੈਵਲ ਤੋਂ ਗਏ ਲੋਕ ਨੇ ਤਾਂ EMPLOYEES ਨੇ ਸ਼੍ਰੋਮਣੀ ਕਮੇਟੀ ਦੇ ਇਹਨਾਂ ਨੂੰ ਜੀ ਹਜ਼ੂਰੀ ਵੀ ਆਂਦੀ ਹੈ ਇਹਨਾਂ ਨੇ ਲਾਇਲ ਵੀ ਰਹਿਣਾ ਹੁੰਦਾ ਸੋ ਸਵਾਲ ਦਾ ਜਿਹੜਾ ਉਹਨਾਂ ਦਾ ਕਰਕ ਸੀ ਅਸੀਂ ਨਹੀਂ ਸਮਝਦੇ ਕਿ ਬਿਨਾ ਜਿਹੜਾ ਆਜ਼ਾਦ ਨੇਸ਼ਨ ਦੇ ਬਣਾਇਆ ਅਸੀਂ ਅਕਾਲ ਤਖਤ ਆਜ਼ਾਦ ਕਰਾ ਸਕਦੇ ਕਈ ਮੰਗਾ ਹੁੰਦੀਆਂ ਨੇ ਜੀ ਸੈਕਟਰੀਏਟ ਬਣ ਜਾਏ ਅਕਾਲ ਤਖਤ ਦਾ ਜੱਥੇਦਾਰ ਅਨਜੀਤ ਸਿੰਘ ਨੇ ਥੋੜੇ ਬਹੁਤ ਯਤਨ ਕੀਤੇ ਦੇਖ ਲੋ ਹਾਲ ਕੀ ਕਰਤਾ ਜੀ ਸਰਕਟ ਹਾਊਸ ਵਹਿ ਗਿਆ ਉਹਨਾਂ ਨੇ ਸੈਕ ਕਰਤਾ ਉਹਨੂੰ ਇੱਕ ਨੂੰ ਕੱਢੋ ਦੂਜਾ ਇੱਕ ਦੀ ਪਾਗਲ ਹੱਥ ਦੀ ਹੈ ਦੂਜਾ ਬੈਠਾ ਹੁੰਦਾ ਜੀ ਮੇਰੇ ਸਿਰ ਤੇ ਧਰ ਦਿਓ ਜੀ ਜੀ ਸੋ ਜੇ ਜੱਥੇਦਾਰ ਵਿਦਾਂਤੀ ਨੇ ਇੱਥੇ ਮਾੜੀ ਜਈ ਗੱਲ ਕਹੀ ਨਿਊਯਾਰਕ ਦੇ ਇਕੱਠ ਦੇ ਵਿੱਚ ਕਿ ਜੀ ਪੰਛੀਆਂ ਨੂੰ ਵੀ ਆਲਣਾ ਚਾਹੀਦਾ ਹੈ ਤੇ ਸਿੱਖਾਂ ਨੂੰ ਆਪਣਾ ਦੇਸ਼ ਚਾਹੀਦਾ ਤੇ ਵਾਪਸ ਜਾਂਦੇ ਅਸਤੀਫਾ ਮੰਗ ਰਿਆ ਭੇਜ ਦਿੱਤੇ ਦੋ ਬੰਦੇ ਕਿ ਜੀ ਅਸਤੀਫਾ ਦਿਓ ਜੀ ਇਹ ਇੰਨਾ ਕੁ ਰੁਤਬਾ ਹੈ ਜਿਨ੍ਹਾਂ ਨੂੰ ਅਸੀਂ ਜਥੇਦਾਰ ਸਾਹਿਬ ਸਿੰਘ ਸਾਹਿਬ ਕਰਾਂ ਸਤਕਾਰਾਂ ਦੇ ਨਾਲ ਕਹਿੰਦੇ ਆ ਉਹਨਾਂ ਨੂੰ ਇਸ ਕੰਟੈਂਪਟ ਨਾਲ ਹੀ ਡੀਲ ਕਰਦੇ ਨੇ ਅਕਾਲੀ ਬਾਦਲੈਂਡ ਕੰਪਨੀ ਸੋ ਬਾਕੀ ਜਿਵੇਂ ਮੈਂ ਅੱਗੇ ਵੀ ਕਿਹਾ ਸੀ ਵੀ ਅਕਾਲ ਪੁਰਖ ਦੀ लाਠੀ ਬੇਆਵਾਜ਼ ਹੁੰਦੀ ਵਜਦੀ ਜ਼ਰੂਰ ਹੈ ਜੀ ਜੀ ਔਰ ਇਹ ਨਹੀਂ ਹੈ ਵੀ ਪੰਥ ਨਾਲ ਧਰੋਹ ਕਰਨ ਵਾਲੇ ਜਿਹੜੇ ਨੇ ਇਸ ਅਕਾਲ ਤਖਤ ਤੇ ਕਦੇ ਉਹ ਲੋਕ ਵੀ ਰਹੇ ਜਿਨ੍ਹਾਂ ਨੇ ਇਸ ਦੀ ਗਰਮਾ ਨੂੰ ਇਸ ਤੇ ਮਾਣ ਨੂੰ ਦੇਸ ਪੰਚਾਇਤ ਇਥੇ ਅਕਾਲੀ ਫੂਲਾ ਸਿੰਘ ਵਰਗੇ ਵੀ ਰਹੇ ਜਿਨ੍ਹਾਂ ਨੇ ਪ੍ਰਾਈਡ ਦਿੱਤਾ ਸੋ ਮੇਰਾ ਖਿਆਲ ਹੈ ਵੀ ਉਹ ਵਕਤ ਦੂਰ ਨਹੀਂ ਹੈ ਕਿ ਅਕਾਲ ਪੁਰਖ ਦੇ ਹੁਕਮ ਚ ਨਾ ਤੂੰ ਜਾਨ ਛੁੱਟੇਗੀ ਪਰ ਆਜ਼ਾਦ ਖਾਲਸਤਾਨ ਤੋਂ ਬਿਨਾ ਸੌਵਰਨ ਇੰਡੀਪੈਂਡੈਂਟ ਸਰਬਤ ਖਾਲਸੇ ਦਾ ਮੁਕਾਮ ਵੜਾ ਅਕਾਲ ਤਖਤ ਸੰਭਵ ਨਹੀਂ ਹੈ ਜੀ ਡਾਕਟਰ ਸਾਹਿਬ ਹੁਣ ਵਿਲਾ ਹੋ ਗਿਆ ਕਿ ਛੋਟੇ ਬ੍ਰੇਕ ਦਾ ਈਅਰਸ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਹੈ ਇੱਕ ਛੋਟੇ ਬ੍ਰੇਕ ਤੋਂ ਬਾਅਦ